कितने लड़ाई आन कल नेट तो सुन अच्छा ਮੈਂ ਕਿਹਾ ਵੇਖ ਲੈ ਯਾਰ ਲੋਕ ਕੀ ਲਾ ਤੂੰ ਤਾਂ ਲਾਹੌਰ ਰਹਿੰਦਾ ਬਾਈ ਤੇ ਉੱਥੇ ਫਿਰ ਲਾਹੌਰ ਦੇ ਕੀ ਹਾਲਾਤ ਲਾਹੌਰ ਦੇ ਹੀ ਲਾ ਲਾ ਅੱਛਾ ਉੱਥੇ ਕੌਣ ਜਿੱਤ ਪੂਰੀ ਆਵਾਮ ਨੂੰ ਲੈ ਕੇ ਲਾਇਆ ਉਹਨੇ ਕਹਿਣ ਇਹ ਜਿਹੜਾ ਨਰਾਂ ਨਹੀਂ ਛੱਡਦਾ ਪਿਆ ਕਿਸੇ ਬੰਦੇ ਨਹੀਂ ਛੱਡਦਾ ਕੋਸ ਕੁਟਿੰਦਾ ਪਿਆ ਇਹ ਉੱਥੇ ਸਾਰੇ ਬੰਦੇ ਆਵਾਮ ਕੋ ਲੜਾਈਆਂ ਪਸਾਦ ਆ ਜੇ ਕੱਲ ਹੀ ਮੈਂ ਸੁਣੇ ਰਾਤ ਦੀ ਖਬਰ ਹੀ ਬਣ ਸੁਣਦੇ ਰਹੇ ਲੜਾਈਆਂ ਪਸਾਦ ਸ਼ੁਰੂ ਹੋ ਅੱਛਾ ਇਹ ਪਠਾਨ ਨੇ ਚਲੋ ਅੱਲਾਹ ਮੁਲਕ ਦੀ ਖੈਰ ਹੋਵੇ ਕਿਉਂ ਕੱਲ ਨੂੰ ਜੇ ਉਹ ਕਹਿ ਰਿਹਾ ਸੀ ਮੈਂ ਇਹ ਵੀ ਹੂੰ ਕਮਿਸ਼ਨ ਦੇ ਚੱਕਰ 'ਚ ਆਪਣੇ ਖਿਲਾਫ਼ ਵੀ ਗੱਲਾਂ ਕਰ ਗਏ ਅਤੇ ਉਹਨਾਂ ਦੇ ਖਿਲਾਫ਼ ਵੀ ਗੱਲਾਂ ਕਰ ਗਏ ਤਾਂ ਮੈਂ ਤੈਨੂੰ ਕਮਿਸ਼ਨ ਮਿਲਣਾ ਹੋਏਗਾ ਠੀਕ ਦੁਨੀਆਦਾਰੀ ਜਿਹੜੀ ਹੈ ਨਾ ਇਹਨੂੰ ਫੜ ਲੈਣਾ ਚਾਹੀਦਾ ਕਿ ਇਹ ਨਹੀਂ ਫੜੀਂਦਾ ਸਾਥੇ ਗੱਲ ਇਹ ਹੈਗੀ ਹੈ ਕਿ ਆਪਣਾ ਪਾਕਿਸਤਾਨ ਪੂਰਾ ਕਾਮਯਾਬ ਹੋ ਜਾਂਦਾ ਨਾ ਟੈਨਸ਼ਨ ਹੀ ਨਹੀਂ ਚਲੋ ਅੱਲਾ ਪਾਕਿਸਤਾਨ ਨੂੰ ਕਾਮਯਾਬ ਕਰੇ ਹੁਣ ਦੋਵਾਂ ਪਾਸੇ ਪਸਾਦ ਤਾਂ ਪੈਣੇ ਪਏ ਉਹ ਕਹਿੰਦਾ ਇਮਰਾਨ ਖਾਏਗਾ ਕੌਣ ਆਏਗਾ ਕੌਣ ਆ ਮੁੱਛਾ ਮੁੱਛਾ ਅੱਛਾ ਵਗਤ ਵੀ ਕੋਈ ਅਦਾਕਾਰੀ ਕਿਧਰੋਂ ਬੜੇ ਤਾਂ ਫੇਰ ਹੀ ਪਰ ਆਉਂਦਾ ਨਹੀਂ ਆਏਗਾ ਬਾਹਰ ਹਜੇ ਤਾਂ ਗੱਲਾਂ ਬਾਤਾਂ ਜੀ ਕੰਮ ਸ਼ੁਰੂ ਹੋਇਆ ਜੀ ਗੱਪ ਸ਼ੱਪ ਹੋ ਰਹੀ ਹੈ ਗੁਫ਼ਤਗੂ ਹੋ ਰਹੀ ਹੈ ਤੁਹਾਨੂੰ ਬਈ ਕੁਛ ਕਰੋ ਫਿਰ ਮੈਂ ਤਾਂ ਮਤਲਬ ਤੂੰ ਵੀ ਦੋਵੇਂ ਸਿਆਸਤਾਂ ਨੂੰ ਲੜਾਵਨ ਤਾਂ ਫਿਰ ਸਿਆਸਤਾਂ ਲੜਾਈ ਕਰ ਠੀਕ ਤਾਂ